ਜਿਮਨੀ ਚੋਣਾਂ ਦਾ ਅਖਾੜਾ ਪੂਰੇ ਤਰੀਕੇ ਨਾਲ ਪੱਖਿਆ ਹੋਇਆ ਹੈ ਅਤੇ ਹਰ ਇੱਕ ਰਾਜਨੀਤਿਕ ਲੀਡਰ ਜੋ ਹੈ ਮੈਦਾਨ ਵਿੱਚ ਹੈ ਕਿ ਉਹਨਾਂ ਦਾ ਕੈਂਡੀਡੇਟ ਜੋ ਹੈ ਜਿੱਤ ਪ੍ਰਾਪਤ ਕਰੇ। ਗੱਲ ਕਰ ਰਹੇ ਜਲਾਲਾਬਾਦ ਦੀ, ਜਲਾਲਾਬਾਦ ਦੇ ਮੁੱਖ ਚੌਂਕ ਵਿੱਚ ਅਸੀਂ ਖੜ੍ਹੇ ਹਾਂ। ਸਭ ਤੋਂ ਹੋਰ ਸੀਟ ਮੰਨੀ ਜਾਂਦੀ ਹੈ, ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਅੱਜ ਤੋਂ ਬਾਅਦ ਜੋ ਹੈ ਚੋਣਾਂ ਦਾ ਸ਼ੋਰ ਸ਼ਰਾਬਾ ਹੈ ਉਹ ਰੁਕ ਜਾਵੇਗਾ। ਇੱਥੋਂ ਲੋਕਾਂ ਨਾਲ ਗੱਲ ਕਰਾਂਗੇ ਜਲਾਲਾਬਾਦ ਦਾ ਕਿ ਕੀ ਸਮਝਦੇ ਨੇ, ਕਿਹੋ ਜਿਹਾ ਕੈਂਡੀਡੇਟ ਜੋ ਹੈ ਇਹਨਾਂ ਦਾ ਵਿਕਾਸ ਕਰ ਸਕਦਾ ਹੈ। ਕੀ ਨਾਮ ਹੈ ਤੁਹਾਡਾ? ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਜੀ, ਕੀ ਸੋਚਦੇ ਹੋ ਕਿਹੋ ਜਿਹਾ ਕੈਂਡੀਡੇਟ ਤੁਹਾਡੇ ਵਾਸਤੇ ਚੰਗਾ ਰਹੂਗਾ? ਇੱਦਾਂ ਹੀ ਪਹਿਲੇ ਤਾਂ ਅਸੀਂ ਦੇਖ ਚੁੱਕੇ ਹਾਂ, ਪਹਿਲੇ ਅਕਾਲੀਆਂ ਨੂੰ ਵੀ ਦੇਖ ਚੁੱਕੇ ਹਾਂ, ਕਾਂਗਰਸੀਆਂ ਨੂੰ ਵੀ ਦੇਖ ਚੁੱਕੇ ਹਾਂ। ਅਸੀਂ ਸੋਚਦੇ ਹਾਂ ਨਵਾਂ ਕੋਈ ਕੈਂਡੀਡੇਟ ਹੋਏਗਾ ਜਿਹੜਾ ਵਧੀਆ ਮੰਨ ਲਓ ਜਲਾਲਾਬਾਦ ਵਾਸਤੇ ਸੋਚੇਗਾ, ਔਰ ਸਰਕਾਰ ਨੂੰ ਵੀ ਮਜਬੂਰ ਹੋਏਗੀ ਸਰਕਾਰ ਕੰਮ ਕਰਨ ਲਈ, ਕਿਉਂਕਿ ਉਹਨਾਂ ਨੂੰ ਪਤਾ, ਸਰਕਾਰ ਨੂੰ ਪਤਾ ਲੱਗੇਗਾ ਵੀ ਲੋਕ ਜੇ ਅਸੀਂ ਕੰਮ ਨਹੀਂ ਕੀਤੇ ਤਾਂ ਲੋਕ ਸਾਡੇ ਵਿਰੋਧ 'ਚ ਜਾ ਰਹੇ ਨੇ। ਤੁਹਾਡਾ ਕੀ ਨਾਮ ਹੈ? ਭਗਵਾਨ ਦਾਸ ਜੀ। ਭਗਵਾਨ ਜੀ, ਕੀ ਸਮਝਦੇ ਹੋ ਜਲਾਲਾਬਾਦ ਦੀ ਬੇੜੀ ਕੌਣ ਪਾਰ ਲਗਾਊਗਾ? ਇਹ ਆਮ ਆਦਮੀ ਪਾਰਟੀ। ਹਾਂਜੀ, ਕਿਹੜੇ ਕਿਹੜੇ ਕੰਮ ਜਿਹੜੇ ਜਿਹਨਾਂ ਦਾ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ? ਆ ਦਿੱਲੀ ਦੇ ਕੰਮ ਵੇਖ ਰਹੇ ਜੀ ਤੁਸੀਂ? ਪਰ ਦਿੱਲੀ ਤੋਂ ਪ੍ਰਭਾਵਿਤ ਹੋ ਗਏ ਸਭ ਲੋਕ, ਆਮ ਆਦਮੀ ਪਾਰਟੀ ਲਿਆਉਣਗੇ 2022 'ਚ ਤਾਂ ਫਿਰ ਸਰਕਾਰ ਆ ਜਾਏਗੀ ਆਮ ਆਦਮੀ ਪਾਰਟੀ ਦੀ ਜੀ। ਮਹਿੰਦਰ ਕਚੂਰਾ ਜੋ ਨੇ ਇੱਥੋਂ ਖੜ੍ਹੇ ਨੇ ਇਲੈਕਸ਼ਨ ਵਿੱਚ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਰਾਮਕ੍ਰਿਸ਼ਨ ਜੀ। ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ ਹੈ ਰਾਜਨੀਤਿਕ ਪਾਰਟੀ ਦੇ ਲੋਕ ਜੋ ਨੇ ਬੇੜੀ ਪਾਰ ਲਗਾਉਣਗੇ, ਕੋਈ ਆਜ਼ਾਦ ਉਮੀਦਵਾਰ ਜੋ ਬੇੜੀ ਪਾਰ ਲਗਾ ਸਕਦਾ? ਨਹੀਂ, ਇਹ ਤਾਂ ਸਾੜੋ ਵਾਲਾ ਜੇ ਬੰਦਾ ਤਾਂ ਕਰਾਊਗਾ ਬੇੜੀ ਪਾਰ ਹੋਏਗੀ, ਕਿਉਂਕਿ ਜਿਵੇਂ ਦਿੱਲੀ ਸਾਰੇ ਕੰਮ ਹੋ ਰਹੇ ਨੇ ਉਵੇਂ ਇੱਥੇ ਵੀ ਹੋਣਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਸਾੜੋ ਵਾਲਾ ਇੱਥੇ ਆਉਣਾ ਚਾਹੀਦਾ। ਅਕਾਲੀ ਵੀ ਕਈ ਪਾਰਟੀ ਜਾ ਚੁੱਕੇ ਨੇ, ਕੋਈ ਕੰਮ ਨਹੀਂ ਉਹਨੇ ਹੋਏ, ਨਾ ਹੀ ਹੁਣ ਕਾਂਗਰਸ ਕਰ ਰਹੀ ਹੈ, ਇਸ ਕਰਕੇ ਕਹਿੰਦੇ ਵੀ ਨਵੀਂ ਪਾਰਟੀ ਆਉਣੀ ਚਾਹੀਦੀ ਅੱਗੇ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਗੁਰਬਚਨ ਸਿੰਘ ਹੈ ਜੀ। ਗੁਰਬਚਨ ਜੀ, ਦੱਸਦੇ ਕਿ ਇਸ ਇਲਾਕੇ 'ਚ ਨਸ਼ਾ ਬਹੁਤ ਜ਼ਿਆਦਾ ਹੈ, ਕਿਹੜੀ ਪਾਰਟੀ ਨਸ਼ਾ ਬੰਦ ਕਰ ਸਕਦੀ ਹੈ? ਇਹ ਨਹੀਂ ਹੁਣ ਪਤਾ ਜੀ ਕਿਹੜੀ ਪਾਰਟੀ, ਅੱਗੇ ਪਾਰਟੀਆਂ ਬੜੀਆਂ ਆਈਆਂ ਨਸ਼ਾ ਬੰਦ ਕਰਾਉਣ ਵਾਸਤੇ, ਅਤੇ ਨਸ਼ਾ ਬੰਦ ਨਹੀਂ ਹੋਇਆ। ਵੋਟਾਂ ਬਾਰੇ ਕੀ ਸੋਚਿਆ? ਹਾਂਜੀ, ਵੋਟਾਂ ਤਾਂ ਹੁਣ ਵੇਖੋ ਜੀ, ਮਾਹੌਲ ਤਾਂ ਸਾਰਿਆਂ ਦਾ ਹੀ ਹੈ, ਅਸੀਂ ਤਾਂ ਕਹਿੰਦੇ ਸਾਰੇ ਜਿੱਤਣ। ਤੁਹਾਡਾ ਕੀ ਨਾਮ ਹੈ ਜੀ? ਕਰਨਦੀਪ ਜੀ। ਕਰਨ ਜੀ, ਵੋਟਾਂ ਪੈਣੀਆਂ ਹੈ ਅੱਜ ਆਖਰੀ ਦਿਨ ਚੋਣ ਪ੍ਰਚਾਰ ਦਾ, ਕੀ ਕੁਛ ਮਾਪਦੰਡ ਲੈ ਕੇ ਚੱਲੇ ਹੋ ਇਸ ਵਾਰ, ਕਿ ਕਿਸੇ ਹੋ ਜਿਹਾ ਕੈਂਡੀਡੇਟ ਪਸੰਦ ਕਰੋਗੇ? ਵੇਖੋ ਜੀ, ਵਿਕਾਸ ਦੇ ਨਾਂ 'ਤੇ ਵੋਟ ਪੈਣੀ ਹੈ, ਜਿਹੜੇ ਬੰਦੇ ਨੇ ਵਿਕਾਸ ਕਰਾਇਆ ਉਹਨੇ ਜਿੱਤਣਾ। ਵਿਕਾਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਵਿਕਾਸ ਕਿਹਨੇ ਕਰਾਇਆ। ਜਲਾਲਾਬਾਦ ਦੀ ਨੁਹਾਰ ਬਦਲੀ ਪਈ ਹੈ, ਪਹਿਲਾਂ ਅੱਜ ਤੋਂ 5-6 ਸਾਲ ਪਹਿਲੇ ਇਹ ਜਾਣੀ ਸੀ ਜਲਾਲਾਬਾਦ, ਅਤੇ ਹੁਣ ਤੁਸੀਂ ਵੀ ਵੇਖ ਰਹੇ ਹੋ, ਤੁਸੀਂ ਬਾਹਰੋਂ ਆਏ ਹੋ, ਵੇਖਦੇ ਜਲਾਲਾਬਾਦ ਦੀ ਨੁਹਾਰ ਕੀ ਹੈ। ਵਿਕਾਸ ਜਿਹੜੇ ਬੰਦੇ ਨੇ ਵਿਕਾਸ ਕਰਾਇਆ ਉਹਨੂੰ ਵੋਟ ਪੈਣੀ, ਉਹਨੇ ਜਿੱਤਣਾ, ਯਾਨੀ ਕਿ ਵਿਕਾਸ ਨੂੰ ਮੁੱਖ ਰੱਖਿਆ ਜਾਵੇਗਾ। ਤੁਹਾਡਾ ਕੀ ਨਾਮ ਹੈ ਜੀ? ਮੋਨੂ ਛਾਬੜਾ ਜੀ। ਮੋਨੂ ਜੀ, ਨੀਤੀਆਂ ਦੀ ਗੱਲ ਕਰਦੇ ਹਾਂ, ਨੀਤੀਆਂ ਸਰਕਾਰ ਬਣਾਉਂਦੀ ਹੈ, ਪੂਰੀ ਕਰਦੀ ਹੈ, ਲੋਕਾਂ ਤੱਕ ਆਵਾਜ਼ ਪਹੁੰਚ, ਲੋਕਾਂ ਦੀ ਆਵਾਜ਼ ਹੁੰਦੀ ਸਰਕਾਰ ਤੱਕ, ਕਈ ਵਾਰ ਨਹੀਂ ਪਹੁੰਚਦੀ, ਕੀ ਸਮਝਿਆ ਜਾਵੇ ਜਲਾਲਾਬਾਦ ਲੋਕ ਕਿਸ ਨੂੰ ਪਸੰਦ ਕਰ ਸਕਦੇ? ਜਲਾਲਾਬਾਦ ਸੁਖਬੀਰ ਸਿੰਘ ਬਾਦਲ ਹੀ ਜਿੱਤੇਗਾ ਜੀ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੇਖੋ ਸਾਰੀਆਂ ਸੜਕਾਂ, ਗਲੀਆਂ, ਨਾਲੀਆਂ, ਐਡਾ ਵੱਡਾ ਹੋਸਪਿਟਲ, ਐਡਾ ਵੱਡਾ ਕੁੜੀਆਂ ਦਾ ਕਾਲਜ, ਹਰੇਕ ਚੀਜ਼, ਕੁੜੀਆਂ ਮੁੰਡਿਆਂ ਦਾ ਸਕੂਲ, ਸਟੇਡੀਅਮ, ਇਹ ਚੀਜ਼ ਜਲਾਲਾਬਾਦ 'ਚ ਕਦੇ ਹੈਗੀ ਸੀ? 2 ਵਾਰੀ ਅਸੀਂ ਕਬੱਡੀ ਦਾ ਮੈਚ ਵੇਖ ਚੁੱਕੇ ਹਾਂ, ਇਸ ਤੋਂ ਬਾਅਦ ਕਬੱਡੀ ਦਾ ਮੈਚ ਹੀ ਨਹੀਂ ਅਸੀਂ ਵੇਖਿਆ। ਤੁਹਾਡਾ ਕੀ ਨਾਮ ਹੈ ਜੀ? ਕਿਰਪਾਲ ਸਿੰਘ। ਕਿਰਪਾਲ ਜੀ, ਕੀ ਸਮਝਦੇ ਹੋ ਵੋਟਾਂ ਪੈਣੀਆਂ ਹੈ, ਇੱਕ ਦਿਨ ਪੈਂਡਿੰਗ ਰਹਿ ਗਿਆ, ਸੋਚਿਆ ਕਿ ਕੁਛ ਮਨ 'ਚ ਆਇਆ ਹੋਵੇ ਕਿ ਕਿਹੋ ਜਿਹਾ ਕੈਂਡੀਡੇਟ ਹੋਣਾ ਚਾਹੀਦਾ ਜਿਹੜਾ ਜਲਾਲਾਬਾਦ ਦੀ ਨੁਹਾਰ ਬਦਲਵੇ? ਪਹਿਲੀ ਗੱਲ ਤਾਂ ਜਿਹਨੇ ਵਿਕਾਸ ਕਰਾਇਆ ਵੀ ਉਹੀ ਚਾਹੀਦਾ, ਬਾਦਲ ਹੀ ਚਾਹੀਦਾ। ਹਾਂਜੀ, ਠੀਕ ਹੈ ਨਾ, ਬਾਦਲ ਨੇ ਬਹੁਤ ਕੰਮ ਕਰਾਏ ਨੇ, ਸੜਕਾਂ ਵੇਖ ਲੈ ਕਿਹੋ ਜਿਹੀ ਬਣਾਈਆਂ, ਠੀਕ ਹੈ, ਅੱਜ 'ਚ ਕੋਈ ਕਿਸੇ ਨੇ ਕੰਮ ਨਹੀਂ ਕੀਤਾ। ਠੀਕ ਹੈ, ਤੁਹਾਡਾ ਕੀ ਨਾਮ ਹੈ ਜੀ? ਰਾਜੂ ਤਮੇਜਾ ਜੀ। ਹਾਂਜੀ, ਕੀ ਸਮਝਦੇ ਹੋ ਗੱਲ ਚੱਲ ਰਹੀ ਹੈ ਸਰਕਾਰ ਬਣਾਉਣ, ਸਰਕਾਰ ਦੀ ਜਿਮਨੀ ਚੋਣਾਂ ਹੁਣ ਹੋ ਰਹੀਆਂ ਨੇ, ਕੀ ਲੱਗਦਾ ਇਹਨਾਂ ਜਿਮਨੀ ਚੋਣਾਂ 'ਚ ਕੋਈ ਖਾਸ ਮੁੱਦੇ ਲੈ ਕੇ ਚੱਲੋ ਜਿਨ੍ਹਾਂ 'ਤੇ ਅੱਗੇ ਅਧਾਰਤ ਹੋਣ ਤੁਸੀਂ ਵੋਟਿੰਗ ਕਰੋਗੇ? ਅਸੀਂ ਸੁਖਬੀਰ ਸਿੰਘ ਬਾਦਲ ਜਿਤਾਵਾਂਗੇ, ਉਹਨਾਂ ਨੇ ਬਹੁਤ ਵਿਕਾਸ ਕੀਤੇ ਨੇ, ਉਹਨਾਂ ਡਾਕਟਰ ਰਾਜ ਨੂੰ ਠੱਲਿਆ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ, ਸਾਡੇ ਸ਼ਹਿਰ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਵਿਕਾਸ ਕੀਤੇ ਨੇ, ਪਿੰਡਾਂ ਵਿੱਚ ਵੀ, ਸ਼ਹਿਰਾਂ 'ਚ ਵੀ, ਹੋਸਪਿਟਲ ਬਣਾਏ, ਸਟੇਡੀਅਮ ਬਣਾਇਆ, ਕੁੜੀਆਂ ਦਾ ਕਾਲਜ ਵਗੈਰਾ ਬਣਾਇਆ, ਅਤੇ ਆਉਣ ਵਾਲੇ ਸਮੇਂ 'ਚ ਸਾਨੂੰ ਮੇਰੇ ਵੀ ਹੋਰ ਵੀ ਇਸ ਤੋਂ ਜ਼ਿਆਦਾ ਵਿਕਾਸ ਹੋਣਗੇ, ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਜੀ। ਕਾਂਗਰਸ ਦੀ ਆਪਾਂ ਗੱਲ ਕਰ ਲੈਂਦੇ ਹਾਂ, ਤੁਸੀਂ ਸੁਖਬੀਰ ਸਿੰਘ ਬਾਦਲ ਸਮਰਥਨ ਕਰ ਰਹੇ ਹੋ, ਕਾਂਗਰਸ ਨੇ ਕਾਫੀ ਰਈਸ ਇੱਕ ਕੈਂਡੀਡੇਟ ਜੋ ਹੈ ਜਲਾਲਾਬਾਦ ਦਿੱਤਾ ਹੈ, ਦੱਸਿਆ ਜਾਂਦਾ ਕਿ ਸੁਖਬੀਰ ਬਾਦਲ ਤੋਂ ਜ਼ਿਆਦਾ ਪ੍ਰੋਪਰਟੀ ਉਹਦੇ ਕੋਲ ਹੈਗੀ ਹੈ? ਨਹੀਂ, ਆਪਾਂ ਨੂੰ ਇਸ ਪ੍ਰੋਪਰਟੀ ਬਾਰੇ ਨਹੀਂ ਪਤਾ ਜੀ ਉਹਨਾਂ ਦੀ, ਬਾਕੀ ਅਸੀਂ ਤਾਂ ਬਾਦਲ ਮਤਲਬ ਨਾਲ ਖੜੇ ਹਾਂ ਜੀ। ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਜਾਂ ਕਾਂਗਰਸ ਦੀ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ, ਫਿਲਹਾਲ ਇੱਕ ਦਿਨ ਪੈਂਡਿੰਗ ਹੈ ਵੋਟਿੰਗ ਹੋਣ ਨੂੰ, ਅੱਜ ਸ਼ਾਮ ਨੂੰ ਜੋ ਅਨਾਊਂਸਮੈਂਟ ਹੈ ਵੋਟਿੰਗ ਦੀ ਗੱਲ ਕਰੀਏ ਤਾਂ ਚੋਣਾਂ ਦਾ ਜੋ ਚੋਣ ਪ੍ਰਚਾਰ ਹੈ ਉਹ ਅੱਜ ਸ਼ਾਮ ਨੂੰ ਥੰਮ ਜਾਵੇਗਾ, ਫਿਲਹਾਲ ਵੇਖਦੇ ਹਾਂ ਕਿ ਜਲਾਲਾਬਾਦ ਦੇ ਲੋਕਾਂ ਦੀ ਉਮੀਦਾਂ ਜੋ ਨੇ ਉਹਨਾਂ 'ਤੇ ਕਿਹੜਾ ਕੈਂਡੀਡੇਟ ਖਰਾ ਉਤਰੇਗਾ,
ਇਹਨਾਂ ਜ਼ਿਮਨੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰੇਗਾ। ਜਲਾਲਾਬਾਦ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।